ਦਿਨ ਦਵਾਂਗੇ ਆਪਣੀ ਜੇਬਾਂ 'ਚ ਪਾਏ ਅਸੀਂ ਦਿਲ ਦਿਨ 300 ਰੁਪਏ ਦੇ ਲੱਗੇ ਆਪਾਂ ਸੈੱਟ ਕਰੀ ਸੌ ਸੱਤਰ 300 ਪਾਰ ਹੋ ਗਿਆ ਸਾਨੂੰ ਸਾਰੇ ਬਿੱਲ ਲੈਣੇ ਪੈਣਗੇ ਲਿਆਓ ਜੀ ਬਿੱਲ ਦਈਏ ਦੁਕਾਨਾਂ ਨੂੰ 298 300 301 302 303 ਪਾਰ ਹੋ ਗਿਆ 300 ਤੋਂ ਪਾਰ ਹੋ ਗਿਆ ਬਿੱਲ ਲਵਾਂਗੇ ਸਾਰਾ ਪੰਜਾਬ ਵਾਲਿਆਂ ਨੂੰ ਅਸੀਂ ਜੁਮਲੇ ਦੇ ਕੇ ਪੂਰਾ ਬਿੱਲ ਲਵਾਂਗੇ ਅਸੀਂ ਆ ਦਿੱਲੀ ਵਾਲੇ ਕੇਜਰੀਵਾਲ ਦੀ ਗਰੰਟੀ 300 ਤੋਂ ਪਾਰ ਸਾਰਾ ਬਿੱਲ ਲਵਾਂਗੇ ਪੰਜਾਬ ਦੀ ਜਿਹੜੇ ਕਿਸਾਨ ਦੀਆਂ ਮੋਟਰਾਂ ਉਹਨਾਂ 'ਤੇ ਵੀ ਮੀਟਰ ਲਾਵਾਂਗੇ ਜਿਹੜਾ ਇੰਡਸਟਰੀ ਨੂੰ ਪੰਜਾਬ ਦਿੰਦੀ ਹੈ ਨਾ 5 ਰੁਪਏ ਯੂਨਿਟ ਅਸੀਂ ਦੇਵਾਂਗੇ 12 ਰੁਪਈਏ ਇਹ ਕੇਜਰੀਵਾਲ ਦੀ 3 ਗਰੰਟੀਆਂ ਆ ਹਾਂਜੀ ਬੋਲੋ ਬਣਾ ਇਹ ਕੇਜਰੀਵਾਲ ਦੀ ਗਰੰਟੀ ਮਗਰ ਤੁਹਾਡੀ ਦੁਕਾਨ ਦੇ 300 ਤੋਂ ਪਾਰ ਬਿੱਲ ਆ ਗਿਆ ਆ ਇਸ ਕਰਕੇ ਤੁਹਾਨੂੰ ਅਸੀਂ 10,000 ਰੁਪਈਆ ਦੇ ਰਹੇ ਹਾਂ ਹੈਲੋ 300 ਤੋਂ ਪਾਰ ਹੋ ਗਿਆ ਖਰਾਬ ਹੋ ਗਿਆ ਸਾਡਾ ਕਸੂਰ ਨਹੀਂ ਹੈ ਤੁਸੀਂ 300 ਤੋਂ ਪਾਰ ਕਰਨੀਆਂ ਚੁੰਟਾਂ ਇਸ ਕਰਕੇ ਤੁਹਾਨੂੰ ਹੁਣ ਪੈਸੇ ਭਰਨੇ ਹੀ ਪੈਣੇ ਆ ਇੰਨੇ ਪੈਸੇ ਭਰਨੇ ਪੈਣੇ ਆ ਸਰਦਾਰ ਜੀ ਨੂੰ ਬੁਲਾ ਕੇ ਅਸੀਂ ਕੁਲਚੇ ਦਾ ਕੰਮ ਲਾ ਕੇ ਆਓ ਤੁਹਾਡਾ ਬਿੱਲ ਆ ਗਿਆ 300 ਤੋਂ ਪਾਰ 300 ਤੋਂ ਬਾਹਰ ਆ ਗਿਆ ਇਹ ਤੁਹਾਨੂੰ ਹੁਣ 15,000 ਰੁਪਇਆ ਭਰਨਾ ਹੀ ਪੈਣਾ ਹੈ ਤੁਸੀਂ ਕਹਿੰਦੇ ਹੋ ਇਹ ਕੇਜਰੀਵਾਲ ਦੀ ਗਰੰਟੀ ਆ ਇਹ ਕੇਜਰੀਵਾਲ ਦੀ ਗਰੰਟੀ ਆ ਦੇਖ ਜਾ ਤੰਦੂਰ ਜੀ ਇਹ ਨਹੀਂ ਨਾ ਪਿਆ ਇਹ ਪੰਜਾਬ ਨੇ ਗਲਤੀ ਕੀਤੀ ਆ ਨਾ ਕੇਜਰੀਵਾਲ ਦੀ ਗਰੰਟੀ ਮੰਨ ਕੇ ਨਾ ਇਹ ਹੁਣ ਇਹ 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 ਕੀ ਬੋਲਦਾ ਪਿਆ ਕੀ ਬੋਲ ਰਿਹਾ ਮੇਰੇ ਦੇਖ ਕਰੋ ਇਹਨਾਂ ਦੇ ਤਾਂ ਸਿਰਫ ਪੱਖਾ ਹੀ ਚੱਲਦਾ ਪਿਆ ਤੇ ਇੱਕ ਫ੍ਰਿਜ ਚੱਲ ਰਿਹਾ ਤੇ ਇਹਨਾਂ ਦਾ 15,000 ਰੁਪਇਆ ਬਿੱਲ ਅਸੀਂ ਭਰ ਕਰਕੇ ਲਿਆ ਮਹਾਜਨ ਜੀ ਮੈਂ ਕੇਜਰੀਵਾਲ ਮੈਂ ਦਿੱਲੀ ਤੋਂ ਆਇਆ ਮੈਂ ਗਰੰਟੀ ਦਿੱਤੀ ਸੀ 300 ਤੋਂ ਜਦ ਤੱਕ ਮਾਫ਼ ਕਰਾਂਗਾ ਮਗਰ ਅਫਸੋਸ ਦੀ ਗੱਲ ਆ ਤੁਹਾਡਾ 310 ਆ ਗਿਆ ਇਸ ਕਰਕੇ ਐਲੋ 20,000 ਰੁਪਇਆ ਬਿੱਲ 20,000 ਬਿੱਲ ਆਏ ਸਾਡੇ ਦਿੱਲੀ ਤੇ ਵਿਸ਼ਵਾਸ ਕੀਤਾ ਜਿਹੜਾ ਬੰਦਾ ਆਪਣੇ ਘਰ ਦਾ ਨਹੀਂ ਬਣਦਾ ਉਹ ਦਿੱਲੀ ਤੇ ਵਿਸ਼ਵਾਸ ਕਰ ਰਿਹਾ ਇਸ ਕਰਕੇ ਇਹਨਾਂ ਨੂੰ 20,000 ਰੁਪਇਆ ਬਿੱਲ ਦੇ ਦਿੱਤਾ ਮਤਲਬ ਛੇੜ ਕਿਸਾਨਾਂ ਨੂੰ ਮੋਦੀ ਜੀ ਲੜਨਾ ਮੁਸ਼ਕਿਲ ਹੋਗਾ ਵਰਨਾ ਐਸਾ ਲਿਖੇਂਗੇ ਇਤਿਹਾਸ ਕਿ ਪੜ੍ਹਨਾ ਮੁਸ਼ਕਿਲ ਹੋਗਾ ਮੋਦੀ ਸਾਹਿਬ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਤੁਹਾਡੇ ਜਿਹੜੇ ਬੀਜੇਪੀ ਦੇ ਇਹ ਅਸ਼ਵਨੀ ਸ਼ਰਮਾ ਪ੍ਰਧਾਨ ਜੀ ਆ ਜਿਹੜੇ ਬੀਜੇਪੀ ਦੇ ਲੀਡਰ ਸਾਰੇ ਇਹ ਅੱਜ ਧਰਨੇ ਲਾ ਰਹੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਕਹਿੰਦੇ ਜੀ ਇਹਨਾਂ ਦੀ ਸੁਰੱਖਿਆ ਸਹੀ ਨਹੀਂ ਗਿਆ ਮਗਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਇਹਨਾਂ ਨੂੰ ਅੱਜ ਮਜਬੂਰ ਕਿਹਨੇ ਕੀਤਾ ਤੁਸੀਂ RSS ਨੇ ਤੁਹਾਡੀ ਬੀਜੇਪੀ ਨੇ ਤੁਹਾਨੂੰ ਤੁਸੀਂ ਆਪਣੇ ਪੰਜਾਬ ਦੇ ਲੀਡਰਾਂ ਦੀ ਬਲੀ ਚੜ੍ਹਾ ਰਹੇ ਹੋ ਮੋਦੀ ਸਾਹਿਬ ਤੁਸੀਂ ਕਿਸਾਨਾਂ ਦੇ ਕਿੰਨੇ ਕਾਲੇ ਕਾਨੂੰਨ ਕਿਉਂ ਨਹੀਂ ਰੱਦ ਕਰਦੇ ਤੁਸੀਂ ਕਾਲੇ ਕਾਨੂੰਨ ਕਿਹਨਾਂ ਨੂੰ ਪੁੱਛ ਕੇ ਬਣਾਏ ਜਿਹੜਾ ਸਟੇਟਾਂ ਦਾ ਮਸਲਾ ਹੁੰਦਾ ਤੁਸੀਂ ਆਪਣੇ ਸੈਂਟਰ ਦੇ ਵਿੱਚ ਬਣਾ ਆਪਣੇ ਜਿਹੜੇ ਕਾਨੂੰਨ ਬਣਾਏ ਕਿਸਾਨ ਉਹਨਾਂ ਨੂੰ ਪਸੰਦ ਨਹੀਂ ਆ ਤੁਸੀਂ ਫਾੜ ਕੇ ਪਤਾ ਕਰੋ ਕਿਸਾਨਾਂ ਨੂੰ ਕਾਨੂੰਨ ਜਿਹੜੇ ਕਾਲੇ ਰੱਦ ਕਰੋ 2 ਮਹੀਨੇ ਪੰਜਾਬ 'ਚ ਬੈਠੇ ਆ 7 ਮਹੀਨੇ ਤੁਹਾਡੇ ਕੋਲ ਆ ਗਏ ਆ 550 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਿਆ ਮਗਰ ਤੁਹਾਡੇ ਬੀਜੇਪੀ ਦੇ ਲੀਡਰ ਕਿਸਾਨਾਂ ਵਾਸਤੇ ਕੁਛ ਨਹੀਂ ਬੋਲਦੇ ਮਗਰ ਜਦੋਂ ਇਹਨਾਂ ਦਾ ਘਿਰਾਵ ਹੁੰਦਾ ਆ
ਇਹਨਾਂ ਦੇ ਜਿਹੜੇ ਗੱਡੀਆਂ ਰੋਕੀਆਂ ਜਾਂਦੀਆਂ, ਫਿਰ ਤੁਸੀਂ ਕਿਸਾਨਾਂ ਨੂੰ ਕਹਿੰਦੇ ਹੋ ਗਲਤ ਆ, ਇਹ ਅੱਤਵਾਦੀ ਆ, ਇਹ ਕਾਂਗਰਸ ਦੇ ਗੁੰਡੇ ਕਰਾ ਰਹੇ ਆ, ਇਹ ਕੋਈ ਮਤਲਬ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਤੁਹਾਡੇ ਕਰਕੇ ਹੀ ਸਾਰਾ ਕੁਛ ਹੋ ਰਿਹਾ। ਮੋਦੀ ਸਾਹਿਬ ਤੁਹਾਨੂੰ ਚਾਹੀਦਾ ਸੀ, ਤੁਸੀਂ ਕਹਿੰਦੇ ਸੀ 100 ਦਿਨ ਦੇ ਵਿੱਚ ਮੈਨੂੰ ਦੇ ਦਿਓ, ਨਹੀਂ ਤਾਂ ਮੈਨੂੰ ਲੱਤ ਮਾਰ ਕੇ ਬਾਹਰ ਕਰ ਦੇਣਾ ਅਗਰ ਮੇਰੀ ਸਰਕਾਰ ਪਸੰਦ। ਮੋਦੀ ਸਾਹਿਬ ਇਹ ਤੁਹਾਡੇ ਹੀ ਬਿਆਨ ਆ, ਤੁਸੀਂ ਕਿਹਾ ਸੀ ਬਹੁਤ ਹੋਇਆ ਡੀਜ਼ਲ ਪੈਟਰੋਲ 'ਤੇ ਅੱਤਿਆਚਾਰ, ਅਬਕੀ ਵਾਰ ਮੋਦੀ ਸਰਕਾਰ, ਤੁਸੀਂ ਕਿਹਾ ਸੀ ਬਹੁਤ ਹੋਈ ਮਹਿੰਗਾਈ ਕੀ ਮਾਰ, ਅਬਕੀ ਵਾਰ ਮੋਦੀ ਸਰਕਾਰ। ਤਾਂ ਲੋਕ ਕਹਿੰਦੇ ਆ ਹੁਣ ਵਾਪਸ ਜਾਓ ਬੇਈਮਾਨ ਸਰਕਾਰ, ਸਾਨੂੰ ਨਹੀਂ ਚਾਹੀਦੀ ਮੋਦੀ ਸਰਕਾਰ। ਤੁਸੀਂ ਦੇਖੋ ਪੈਟਰੋਲ 70 ਸਾਲਾਂ ਦੇ ਵਿੱਚ 65 ਰੁਪਏ ਚੱਲਿਆ ਅਤੇ ਇਹਨਾਂ ਨੇ ਅੱਜ 160 ਰੁਪਏ ਕਰ ਦਿੱਤਾ। ਡੀਜ਼ਲ ਵੇਖੋ ਜਿਹੜਾ 50 ਰੁਪਏ ਹੁੰਦਾ ਸੀ ਅੱਜ 97-97 ਰੁਪਏ ਕਰਤਾ, ਜਿਹੜਾ ਸਰੋਂ ਦਾ ਤੇਲ ਹੁੰਦਾ ਸੀ 70 ਰੁਪਈਏ ਅੱਜ 200 ਰੁਪਏ ਕਰਤਾ। ਮਹਿੰਗਾਈ ਤਾਂ ਤੁਸੀਂ ਲੈ ਕੇ ਚਲੇ ਗਏ। ਤੁਹਾਡੇ BJP ਦੇ ਲੀਡਰ ਕਹਿੰਦੇ ਜੀ ਸਾਡੀ ਪੰਜਾਬ 'ਚ ਸਰਕਾਰ ਬਣਾ ਦਿਉ, 4 ਰੁਪਏ ਯੂਨਿਟ ਤੁਹਾਨੂੰ ਬਿਜਲੀ ਦੇਵਾਂਗੇ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਅਤੇ ਪਹਿਲਾਂ ਤੁਸੀਂ ਲਾਰੇ ਲਾ ਕੇ 7 ਸਾਲ ਅਤੇ ਹੁਣ ਤੁਹਾਡੇ BJP ਦੇ ਜਿਹੜੇ ਚੇਲੇ ਚਪਾਟੇ ਉਹ ਲਾ ਰਹੇ ਆ, ਲੋਕ ਹੁਣ ਪਾਗਲ ਨਹੀਂ ਬਣਦੇ, ਲੋਕਾਂ ਨੂੰ ਤੁਸੀਂ ਨਮੂਨੇ ਨਹੀਂ ਪੇਸ਼ ਕਰ ਸਕਦੇ, ਲੋਕਾਂ ਦੇ ਜ਼ਮੀਰ ਜਾਗਦੇ ਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਹਿਲਾਂ ਦੇ BJP ਵਾਲੇ ਆਪਣੇ ਮੋਦੀ ਸਾਹਿਬ ਕੋਲ ਪੈਟਰੋਲ ਸਸਤਾ ਕਰਾਉਣ, ਆਪਣਾ ਡੀਜ਼ਲ ਸਸਤਾ ਕਰਾਉਣ, ਮਹਿੰਗਾਈ ਘਟਾਉਣ, ਅਤੇ ਫਿਰ ਲੋਕਾਂ ਨੂੰ ਜੁਮਲੇ ਦੇਣਾ, ਲੋਕ ਤੁਹਾਡੇ ਜੁਮਲਿਆਂ 'ਚ ਨਹੀਂ ਆਉਂਦੇ। ਇਸ ਕਰਕੇ ਲੋਕਾਂ ਨੂੰ ਸਮਝਣ ਦੀ ਲੋੜ ਆ, ਜਿਹੜਾ ਪੰਜਾਬ ਵਾਸਤੇ ਲੜੇਗਾ, ਜਿਹੜਾ ਪੰਜਾਬ ਵਾਸਤੇ ਖੜੇਗਾ, ਪੰਜਾਬ ਸਰਕਾਰ ਜਿਹੜਾ ਲੜੇਗਾ, ਪੰਜਾਬ ਦੇ ਲੋਕ ਉਹਨੂੰ ਚੁਣਨਗੇ ਜਿਹੜੇ ਲੋਕਾਂ ਦੇ ਹੱਕਾਂ ਦੀ ਲੜਾਈ ਲੜੇਗਾ।